ਬਹੁਤ ਬਹੁਤ ਵਧਾਈ ਤੁਸੀਂ ਇਸ ਮਹਾਨ ਮੌਕੇ ਤੇ ਜਦੋਂ ਆਪਣੀ ਪਾਰਲੀਮੈਂਟ ਦੇ ਵਿੱਚ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਨੇ ਵਿਸਾਖੀ ਸੈਲੀਬ੍ਰੇਟ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਂਝਾ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਸਾ ਜੀ ਦੇ ਸਿਰਜਣਾ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦ ਤੇ ਚੜ੍ਹਦੀ ਕਲਾ ਵਾਲਾ ਆਵੇ ਦੂਸਰੀ ਸਾਨੂੰ ਖੁਸ਼ੀ ਹੁੰਦੀ ਹੈ ਮਾਣ ਹੁੰਦਾ ਜਦੋਂ ਦੇਖਦੇ ਹਾਂ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਸਿੱਖ ਮੈਂਬਰ ਆਫ ਪਾਰਲੀਮੈਂਟ ਜਿਹੜੇ ਨੇ ਉਹ ਚੁਣ ਕੇ ਭੇਜੇ ਨੇ ਜਦੋਂ ਇਹ ਟ੍ਰੈਡੀਸ਼ਨ ਦੇਖਦੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਜਿਹੜਾ ਖਾਲਸਾ ਜੀ ਦਾ ਸਿਰਜਣਾ ਦਿਵਸ ਮੈਂ ਤੁਹਾਨੂੰ ਮਨਾਉਣਾ ਤਾਂ ਇਹ ਸਰਦਾਰ ਮੱਲੀ ਜਿਹੜੇ ਸੀਗੇ ਉਹਨਾਂ ਨੇ ਤਕਰੀਬਨ 1993 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਸਾਲ ਪਰ ਸਾਲ ਉਹ ਜਿਹੜਾ ਸੀਗਾ ਉਹ ਇਕੱਲੇ ਹੀ ਜਿਹੜਾ ਸੀ ਇਹ ਉੱਦਮ ਕਰਦੇ ਰਹੇ ਪਰ ਹੁਣ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀਗਾ ਮੈਂਬਰ ਪਾਰਲੀਮੈਂਟ ਚੁਣੇ ਹੁਣ ਰਲ ਕੇ ਜਿਹੜਾ ਹੈਗਾ ਇਹ ਉੱਦਮ ਕਰਦੇ ਹੈਗੇ ਆ ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਜਿਹੜੀ ਆ ਉਹ ਆਉਂਦੀ ਔਰ ਮੀਡੀਆ ਜਿਹੜਾ ਉਹ ਇੱਕ ਵੱਡੇ ਰੋਲ ਅਦਾ ਕਰਦਾ ਕਿਉਂਕਿ ਪਿਛਲੇ ਵਾਰ ਵੀ ਮੀਡੀਆ ਨੇ ਦੁਨੀਆ ਦੇ ਵਿੱਚ ਲੈ ਕੇ ਗਏ ਅੱਜ ਵੀ ਤੁਸੀਂ ਇਹ ਮੈਸੇਜ ਦੁਨੀਆ 'ਚ ਲੈ ਕੇ ਜਾਣਾ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੀ ਗੱਲ ਹੁੰਦੀ ਉਹ ਨਿਸ਼ਰਾਇਨ ਕੀਤਾ ਹੋਇਆ ਜੇ ਖਾਲਸੇ ਦੀ ਗੱਲ ਕਰਦੇ ਹਾਂ ਉਹ ਵੀ ਵੈਲਿਊ ਸਾਡੀਆਂ ਸੇਮ ਵੈਲਿਊਜ਼ ਹੈਗੀਆਂ ਅਤੇ ਅੱਜ ਅਸੀਂ ਉਹੀ ਵੈਲਿਊ ਜਿਹੜੀਆਂ ਨੇ ਉਹ ਇੱਥੇ ਪਾਰਲੀਮੈਂਟ ਦੇ ਵਿੱਚ ਸੈਲੀਬ੍ਰੇਟ ਕਰਦੇ ਹੈਗੇ ਬਹੁਤ ਬਹੁਤ ਮਿਹਰਬਾਨੀ ਬਸ ਇੱਕ ਸਵਾਲ ਦਾ ਜਵਾਬ ਜੇ ਤੁਸੀਂ ਦੇ ਸਕੋ ਵੀ ਜਿਸ ਤਰ੍ਹਾਂ ਇਹ ਬੜਾ ਬਿਹਤਰ ਸਮਾਂ ਆ ਰਿਹਾ ਕੈਨੇਡਾ ਦੀ ਸਰਕਾਰ ਦੇ ਵਿੱਚ ਭਾਰਤੀ ਅਤੇ ਪੰਜਾਬੀ ਜਾਂ ਸਿੱਖ ਕਮਿਊਨਿਟੀ ਦੀ ਜਿੱਦਾਂ ਹਿੱਸੇਦਾਰੀ ਵੱਧ ਰਹੀ ਹੈ ਆਉਣ ਵਾਲਾ ਸਮਾਂ ਤੁਸੀਂ ਕਿੱਦਾਂ ਦਾ ਦੇਖ ਰਹੇ ਹੋ ਦੇਖੋ ਜਿਹੜਾ ਸਮਾਂ ਹੈਗਾ ਕਿਉਂਕਿ ਕੈਨੇਡਾ ਇੱਕ ਟ੍ਰੇਡਿੰਗ ਨੇਸ਼ਨ ਹੈਗੀ ਆ ਕਿਉਂਕਿ ਸਾਡਾ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੇ ਯੰਗ ਪੀਪਲ ਹੈਗੇ ਕਿਉਂਕਿ ਅੱਜ ਮੈਂ ਪਿਛਲੇ ਹਫ਼ਤੇ ਮੈਨੂੰ ਮੌਕਾ ਮਿਲਿਆ ਮੈਂ ਜਿਹੜਾ ਸੀ ਜਿਹੜੀ ਵੈਸਟਰਨ ਅਮਰੀਕਾ ਦਾ ਜਿਹੜਾ ਸੀਗਾ ਦੌਰਾ ਕੀਤਾ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਮੈਨੂੰ ਜਿਹੜੀ ਉਹਨਾਂ ਤੋਂ ਉੱਥੋਂ ਲੈ ਕੇ ਆਇਆ ਮੈਸੇਜ ਉਹ ਇਹ ਆ ਕਿ ਸਾਡੇ ਜਿਹੜੇ ਇੱਥੇ ਦੇ ਬੱਚੇ ਨੇ ਉਹ ਬ੍ਰਾਈਟੈਸਟ ਕਿਡਸ ਹੈਗੇ ਨੇ ਅਤੇ ਜੇ ਅੱਜ ਨੌਲੇਜ ਬੇਸਡ ਇਕਾਨਮੀ ਦੇ ਵਿੱਚ ਅਸੀਂ ਕਾਮਯਾਬ ਹੋਣਾ ਤਾਂ ਸਾਨੂੰ ਦੁਨੀਆ ਦੇ ਵਿੱਚ ਜਿਹੜੀ ਆ ਉਹ ਫਲਾਉਣੀ ਪਊ ਔਰ ਜਿਹੜੇ ਸੰਬੰਧ ਨੇ ਉਹ ਅੱਗੇ ਤੋਰਨੇ ਪੈਣਗੇ ਬਹੁਤ ਮਿਹਰਬਾਨੀ ਬਹੁਤ ਵਧਾਈ ਜੀ ਤੁਹਾਨੂੰ ਇੱਕ ਵਾਰ ਸਾਡੇ ਨਾਲ ਨੇ ਤੁਸੀਂ ਤੁਹਾਡੀ ਕੀ ਫੀਲਿੰਗਸ ਹੈ ਅੱਜ ਦੇ ਦਿਨ 'ਚ ਜਦੋਂ ਕੈਨੇਡੀਅਨ ਪਾਰਲੀਮੈਂਟ ਨੇ ਬਕਾਇਦਾ ਵਿਸਾਖੀ ਨੂੰ ਸੈਲੀਬ੍ਰੇਟ ਕੀਤਾ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਸਾਂਝਾ ਪੰਜਾਬ ਟੈਲੀਵਿਜ਼ਨ 'ਤੇ ਲਾਈਵ ਤੁਸੀਂ ਹੋ ਪਹਿਲੇ ਤੋਂ ਸਾਂਝਾ ਪੰਜਾਬ ਟੈਲੀਵਿਜ਼ਨ 'ਤੇ ਸਭੀ ਦਰਸ਼ਕੋਂ ਕੋ ਵਿਸਾਖੀ ਕੇ ਅਵਸਰ ਪਰ ਲੱਖ ਲੱਖ ਵਧਾਈਆਂ ਜੀ ਔਰ ਬਹੁਤ ਹੀ ਅੱਛਾ ਫੰਕਸ਼ਨ ਥਾ ਮੈਂ ਤਾਂ ਪਹਿਲੀ ਵਾਰ ਅਟੈਂਡ ਕਰ ਰਿਹਾ ਥਾ ਕਿਉਂਕਿ ਅਭੀ ਇੱਕ ਹੀ ਮਹੀਨਾ ਹੁਆ ਹੈ ਮੁਝੇ ਕੈਨੇਡਾ ਆਏ ਹੋਏ ਔਰ ਆਤੇ ਹੀ ਹੋਲੀ ਮਨਾਈ ਫਿਰ ਅਬ ਵੈਸਾਖੀ ਮਨਾ ਰਹੇ ਹੈ ਤੋ ਇਹ ਦਿਖਾਤਾ ਹੈ ਕਿ ਭਾਰਤ ਕੇ ਜਿਤਨੇ ਵੀ ਤਿਉਹਾਰ ਹੈ ਉਹ ਸਭ ਕੈਨੇਡਾ ਕੇ ਵੀ ਤਿਉਹਾਰ ਹੈ ਬਹੁਤ ਅੱਛੀ ਔਰ ਬਹੁਤ ਅੱਛੀ ਬਾਤ ਹੈ ਦੋਨੋਂ ਦੇਸ਼ੋਂ ਕੋ ਔਰ ਕਰੀਬ ਲਾਏ ਗਈ ਹੈ ਔਰ ਜਿਤਨੀ ਬੜੀ ਸਿੱਖ ਕਮਿਊਨਿਟੀ ਹੈ ਹਮਾਰੇ ਪਾਸ ਯਹਾਂ ਕੈਨੇਡਾ ਮੇਂ ਉਹ ਸਭ ਬਹੁਤ ਹੀ ਅੱਛਾ ਕਰ ਰਹੇ ਹੈ ਕਿਤਨੇ ਹਮਾਰੇ ਐਮ ਪੀਜ਼ ਹੈ ਇਸ ਸਮੇਂ ਕਿਤਨੇ ਹਮਾਰੇ ਬਾਕੀ ਸਿੱਖ ਭਾਈ ਬਹਿਨ ਲੋਕ ਹੈ ਹਰ ਫੀਲਡ ਆਫ ਲਾਈਫ ਮੇਂ ਕਿਤਨਾ ਅੱਛਾ ਕਰ ਰਹੇ ਹੈ ਤੋ ਇਹ ਦੇਖ ਕੇ ਬਹੁਤ ਅੱਛਾ ਲੱਗਤਾ ਹੈ ਦਿਲ ਬਹੁਤ ਖੁਸ਼ ਹੋਤਾ ਹੈ ਔਰ ਮੈਂ ਯਹੀ ਉਮੀਦ ਕਰਤਾ ਹੂੰ ਕਿ ਜਿਤਨੇ ਵੀ ਹਮਾਰੇ ਸਿੱਖ ਭਾਈ ਬਹਿਨ ਹੈ ਉਨ ਸਭ ਮੇਂ ਔਰ ਤਰੱਕੀ ਹੋ ਖੁਸ਼ਹਾਲੀ ਆਏ ਔਰ ਸਭ ਸੁੱਖ ਸੁੱਖ ਚੈਨ ਸੇ ਰਹੇ ਆਪ ਕੈਸੇ ਮਹਿਸੂਸ ਕਰ ਰਹੇ ਕਿ ਜੈਸੇ ਅਭੀ ਨਯਾ ਦੌਰ ਆ ਰਹਾ ਹੈ ਔਰ ਭਾਰਤ ਔਰ ਕੈਨੇਡਾ ਕੇ ਬੀਚ ਕੁਛ ਕਲਚਰਲੀ ਜਾਂ ਸੋਸ਼ਲੀ ਜਾਂ ਇਕਨੋਮੀ ਕੇ ਕੋਈ ਨਾ ਕੋਈ ਆਦਾਨ ਪ੍ਰਦਾਨ ਹੋ ਉਹ ਬਣਨੇ ਚਾਹੀਏ ਕੈਸੀ ਸੰਭਾਵਨਾ ਹੈ ਸੰਭਾਵਨਾਏ ਬਹੁਤ ਜ਼ਿਆਦਾ ਹੈ ਸੰਭਾਵਨਾਏ ਅਸੀਮ ਹੈ ਦੋ ਸਾਲ ਪਹਿਲੇ ਹਮਾਰੇ ਪ੍ਰਧਾਨ ਮੰਤਰੀ ਯਹਾਂ ਆਏ ਥੇ ਔਰ ਅਬ ਕਈ ਕੈਨੇਡਾ ਕੇ ਕਈ ਜੋ ਮੰਤਰੀ ਹੈ ਉਹ ਭਾਰਤ ਜਾ ਚੁੱਕੇ ਹੈ ਬਰਦਿਸ਼ ਠਾਕਰ ਜੀ ਜੋ ਅਭੀ ਵੈਸਾਖੀ ਮੇਂ ਸ਼ਰੀਕ ਹੋ ਰਹੀ ਥੀ ਉਹ ਅਭੀ ਵੀ ਭਾਰਤ ਸੇ ਆਈ ਹੈ ਔਰ ਮੁਝੇ ਲਗਤਾ ਹੈ ਕਿ ਭਾਰਤ ਔਰ ਕੈਨੇਡਾ ਜੋ ਐਸੇ ਦੇਸ਼ ਹੈ ਜੋ ਇੱਕ ਦੂਸਰੇ ਕੋ ਪੂਰਾ ਕਰਤੇ ਹੈ ਕੈਨੇਡਾ ਕੇ ਪਾਸ ਐਸੀ ਚੀਜ਼ੇ ਹੈ ਜਿਸੇ ਭਾਰਤ ਕੀ ਜ਼ਰੂਰਤ ਹੈ ਔਰ ਭਾਰਤ ਕੇ ਪਾਸ ਐਸੀ ਚੀਜ਼ੇ ਹੈ ਜਿਸਕੋ ਕੈਨੇਡਾ ਕੀ ਜ਼ਰੂਰਤ ਹੈ ਤੋ ਦੋਨੋਂ ਇੱਕ ਦੂਸਰੇ ਕੋ ਪੂਰਾ ਕਰਤੇ ਹੈ ਔਰ ਮੇਰੇ ਟੈਨਿਓਰ ਮੇਂ ਮੇਰੀ ਪੂਰੀ ਕੋਸ਼ਿਸ਼ ਇਹੀ ਹੋਗੀ ਕਿ ਭਾਰਤ ਔਰ ਕੈਨੇਡਾ ਕੋ ਜਿਤਨੇ ਜ਼ਿਆਦਾ ਕਰੀਬ ਲਾ ਸਕਤੇ ਹੈ ਵੋ ਕਰੀਬ ਲਾਏ ਬਹੁਤ ਬਹੁਤ ਸ਼ੁਕਰੀਆ ਸਰਦਾਰ ਪਰਦੁੰਮਰ ਸਿੰਘ ਪਾਇਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਇੱਥੇ ਪ੍ਰਧਾਨ ਖੜ੍ਹੇ ਨੇ ਅਤੇ ਅੱਜ ਜਿਸ ਕਿਸਮ ਦਾ ਮਾਣ ਆਪਾਂ ਨੂੰ ਮਿਲਿਆ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਿੱਦਾਂ ਵਿਸਾਖੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ ਨੇ ਤੁਹਾਨੂੰ ਕੀ ਤੁਸੀਂ ਅੰਦਰੋਂ ਕੀ ਮਹਿਸੂਸ ਕਰ ਰਹੇ ਹੋ ਕਿੱਦਾਂ ਦੀਆਂ ਫੀਲਿੰਗਸ ਤੁਹਾਡੀਆਂ ਕੈਨੇਡਾ ਦੀ ਧਰਤੀ 'ਤੇ ਪਾਰਲੀਮੈਂਟ ਦੇ ਵਿੱਚ ਸਿੱਖੀ ਦਾ ਐਡਾ ਵੱਡਾ ਉੱਚਾ ਰੁਤਬਾ ਜਿਹੜਾ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਲੋਕਾਂ ਨੇ ਪਾਰਲੀਮੈਂਟ ਦੇ ਮੈਂਬਰ ਚੁਣ ਕੇ ਭੇਜ ਕੇ ਐਡੀ ਵੱਡੀ ਗਿਣਤੀ ਦੇ ਵਿੱਚ ਵਜ਼ੀਰ ਅਤੇ ਪਾਰਲੀਮੈਂਟੇਰੀਅਨ ਭੇਜ ਕੇ ਜਿੱਥੇ ਹਿੰਦੁਸਤਾਨ ਦਾ ਨਹੀਂ ਬਲਕਿ ਮੈਂ ਕਹਿੰਦਾ ਸਾਰੇ ਸੰਸਾਰ ਦਾ ਨਾਂ ਉੱਚਾ ਕੀਤਾ ਇਹਨਾਂ ਨੇ ਮੈਂ ਇਹਨਾਂ ਸਾਰੇ ਪਾਰਲੀਮੈਂਟ ਮੇਰੇ ਮੈਂ ਜਿਹੜੇ ਮੈਂਬਰ ਨੇ ਇੱਥੇ
ਉਹਨਾਂ ਸਾਰਿਆਂ ਦਾ ਹੀ ਇਸ ਕਰਕੇ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਪਿਛੋਕੜ ਨੂੰ ਭੁੱਲਿਆ ਨਹੀਂ। ਜਿਸ ਤਰ੍ਹਾਂ ਗੁਰਸਿੱਖੀ ਪਹਿਲਾਂ ਤੋਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਚੱਲੀ ਆਉਂਦੀ ਹੈ, ਉਹਨਾਂ ਨੇ ਇਸ ਪਾਰਲੀਮੈਂਟ ਦੇ ਵਿੱਚ ਉਸੇ ਸਿੱਖੀ ਨੂੰ ਪ੍ਰਫੁੱਲਿਤ ਕਰਕੇ ਲੋਕਾਂ ਦੇ ਸਾਹਮਣੇ ਇਸ ਰੂਪ 'ਚ ਪੇਸ਼ ਕੀਤਾ। ਦਸਮ ਪਾਤਸ਼ਾਹ ਜਿਸ ਤਰ੍ਹਾਂ ਗੁਰੂ ਸਾਹਿਬ ਆਪਾਂ ਨੂੰ ਲੜ ਲਾ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ, ਇੱਥੇ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਲਿਆ ਕੇ ਪਾਠ ਰਖਾਇਆ ਗਿਆ, ਅੱਜ ਉਸ ਦਾ ਭੋਗ ਪਾਇਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਹਜੂਮ ਪਹੁੰਚ ਕੇ ਸਾਰੇ ਸਿੱਖ ਪਰਿਵਾਰ ਪਹੁੰਚ ਕੇ ਉਹਨਾਂ ਨੇ ਜੇ ਵਿਸਾਖੀ ਦਾ ਦਿਹਾੜਾ ਮਨਾਇਆ। ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਇਸ ਦਿਨ 'ਤੇ, ਅਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਸਾਡੇ ਇਸ ਤਰ੍ਹਾਂ ਦੇ ਜੁਝਾਰੂ ਜਿਹੜੇ ਸਿੰਘ ਹਮੇਸ਼ਾ ਹੀ ਪੰਥ ਦੇ ਨਾਲ ਰਹਿੰਦੇ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਤੁਹਾਡਾ ਇਸ ਮੀਡੀਆ ਦਾ ਮੈਂ ਆਪਣੇ ਵੱਲੋਂ ਰੋਮ ਰੋਮ ਕਰਕੇ ਰਿਣੀ ਹਾਂ ਅਤੇ ਧੰਨਵਾਦੀ ਹਾਂ, ਜਿਹੜਾ ਤੁਸੀਂ ਹਰ ਕਵਰੇਜ ਨੂੰ ਵੱਧ ਤੋਂ ਵੱਧ ਕਵਰ ਕਰਕੇ ਦੁਨੀਆ ਦੇ ਸਾਹਮਣੇ ਪੇਸ਼ ਤੇ ਕਰਦੇ ਹੋ, ਤੁਹਾਡਾ ਬਹੁਤ ਰੋਮ ਰੋਮ ਕਰਕੇ ਰਿਣੀ ਹਾਂ ਮੈਂ। ਬਹੁਤ ਮਿਹਰਬਾਨੀ ਪਾਲ ਸਾਹਿਬ, ਬਹੁਤ ਸ਼ੁਕਰੀਆ, ਤੁਹਾਨੂੰ ਬਹੁਤ ਬਹੁਤ ਵਧਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਫਿਰ ਅਗੇਨ ਐਂਡ ਅਗੇਨ ਵਾਰ ਵਾਰ ਕਹਿ ਸਕਦਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਆ ਸੱਜਣਾਂ ਦਾ, ਮੇਰੇ ਛੋਟੇ ਭਰਾ ਨੇ, ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ, ਹਮੇਸ਼ਾ ਤੁਸੀਂ ਨਾਲ ਰੱਖਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰਗਨਾਈਜੇਸ਼ਨ ਦੇ ਇਸ ਟਾਈਮ ਦੇ ਜੋ ਪ੍ਰਧਾਨ ਨੇ ਮੁੱਖ ਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦੱਸ ਆਪਣੇ ਵੱਲੋਂ ਅਤੇ ਵਰਲਡ ਸਿੱਖ ਔਰਗਨਾਈਜੇਸ਼ਨ ਆਫ ਕੈਨੇਡਾ ਵੱਲੋਂ ਸਾਰੇ ਕੈਨੇਡਾ ਦੇ ਜੋ ਵੀ ਆਪਣੇ ਦੇਖਣ ਲੱਗੇ ਵਾ, ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਬਹੁਤ ਖੁਸ਼ੀ ਹੋਈ ਹੈ ਅਤੇ ਦੇਖ ਕੇ ਸੰਗਤਾਂ ਵੱਖਰੇ ਵੱਖਰੇ ਸ਼ਹਿਰਾਂ ਤੋਂ, ਵੱਖਰੇ ਵੱਖਰੇ ਪ੍ਰੋਵਿੰਸਾਂ ਤੋਂ ਇੱਥੇ ਆ ਕੇ ਜੁੜੀਆਂ ਇੱਥੇ ਪਾਰਲੀਮੈਂਟ ਹਿੱਲ ਦੇ ਉੱਤੇ, ਅਤੇ ਬੜੇ ਹੀ ਸਤਿਕਾਰ ਦੇ ਨਾਲ ਅਤੇ ਖੁਸ਼ੀ ਨਾਲ ਅਤੇ ਆਪਾਂ ਅਖੰਡ ਪਾਠ ਦਾ ਭੋਗ ਪਾਇਆ ਜੀ, ਅਤੇ ਖੁਸ਼ੀ ਹੋਈ ਆ ਕਿ ਉੱਥੇ ਆਪਾਂ ਵਿਸਾਖੀ ਅਤੇ ਚੰਗੀ ਤਰ੍ਹਾਂ ਮਨਾਈ ਆ ਜੀ। ਕੋਰਸ ਔਨ ਬਿਹਾਫ ਆਫ ਦ ਵਰਲਡ ਸਿੱਖ ਔਰਗਨਾਈਜੇਸ਼ਨ ਆਫ ਕੈਨੇਡਾ ਵਾਂਟ ਟੂ ਕੰਗਰੈਚੁਲੇਟ ਐਵਰੀਵਨ ਔਨ ਵਿਸਾਖੀ, ਐਂਡ ਵੀ ਸੈਲੀਬ੍ਰੇਟ ਹੇਅਰ ਐਨੂਅਲੀ ਔਨ ਦ ਹਿੱਲ। ਥੈਂਕ ਯੂ ਵੈਰੀ ਮੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ 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 ਉਦਮ ਕੀਤਾ ਤੁਸੀਂ, ਦੇਖੋ ਰੌਣਕਾਂ ਲੱਗੀਆਂ ਪਈਆਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ। ਮੁਬਾਰਕਾਂ ਤੁਹਾਨੂੰ। ਥੈਂਕ ਯੂ, ਮੁਬਾਰਕਬਾਦ ਆਪਣੀ ਸਾਰੀ ਕਮਿਊਨਿਟੀ ਨੂੰ ਜਾਂਦੀ ਹੈਗੀ ਆ, ਸਪੈਸ਼ਲੀ ਜਿੰਨੇ ਵੀ ਆਪਣੇ ਭੈਣ ਭਰਾ ਘਰੇ ਦੇਖ ਰਹੇ ਹੈਗੇ ਨੇ ਲਾਈਵ ਫੀਡਸ, ਅਤੇ ਜਿੰਨੇ ਵੀ ਇੱਥੇ ਅੱਜ ਪਹੁੰਚੇ ਹੈਗੇ ਨੇ, ਕਿਉਂਕਿ ਅਸੀਂ ਇਵੈਂਟ ਰੱਖ ਸਕਦੇ ਹੈਗੇ ਹਾਂ ਪਰ ਉਹਦੀ ਸ਼ਾਨ ਤਾਂ ਸੰਗਤ ਦੇ ਨਾਲ ਹੀ ਵੱਧਦੀ ਹੈਗੀ ਆ। ਸੋ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਦਾ ਮੈਂ ਹੱਥ ਜੋੜ ਕੇ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਵਿਦਆਊਟ ਦਮ ਵੀ ਵੁਡਨਟ ਹੈਵ ਸੱਚ ਅ ਸਕਸੈਸਫੁਲ ਇਵੈਂਟ। ਸੋ ਮੇਰੀ ਇਹੀ ਇੱਕ ਬੇਨਤੀ ਹੋਊਗੀ ਵੀ ਜਿਨ੍ਹਾਂ ਦੇ ਵੀ ਅੱਜ ਯੂਥ ਬੱਚੇ ਦੇਖ ਰਹੇ ਹੈਗੇ ਨੇ, ਉਹਨਾਂ ਨੂੰ ਤੁਸੀਂ ਇਨਕਰੇਜ ਕਰੋ, ਉਹ ਮੂਹਰੇ ਆਉਣ, ਭਾਵੇਂ ਉਹ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਣ ਜਾਂ ਕੋਈ ਵੀ ਜਿਹੜੀ ਜਿੱਥੇ ਵੀ ਉਹਨਾਂ ਦੀ ਰੂਹ ਕਰਦੀ ਹੈਗੀ ਆ, ਜਿੱਥੇ ਵੀ ਉਹ ਚਾਹੁੰਦੇ ਹੈਗੇ ਨੇ, ਉਹਨਾਂ ਨੂੰ ਤੁਸੀਂ ਸਪੋਰਟ ਦਿਓ ਆਪਣੇ ਬੱਚਿਆਂ ਨੂੰ, ਅਤੇ ਉਹਨਾਂ ਨੂੰ ਡਿਸਕਰੇਜ ਕਦੇ ਵੀ ਨਾ ਕਰੋ, ਹਮੇਸ਼ਾ ਇਨਕਰੇਜ ਕਰੋ ਕਿ ਤੁਸੀਂ ਦੇਖੋਗੇ ਵੀ ਉਹ ਤੁਹਾਡੇ ਨਾਂ ਨੂੰ ਬਹੁਤ ਰੋਸ਼ਨ ਕਰਨਗੇ। ਸੋ ਇਹੀ ਮੇਰੀ ਬੇਨਤੀ ਹੈਗੀ ਹੈ ਸਾਰਿਆਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੁਸ਼ੀਲ ਦਸਾਂਜ, ਬਹੁਤ ਬਹੁਤ ਵਧੀਆ, ਅਤੇ ਤੁਸੀਂ ਕੀ, ਤੁਹਾਡੀ ਫੀਲਿੰਗਸ ਕੀ ਹੈ ਵੀ ਅੱਜ ਦੇ ਦਿਨ ਜਦੋਂ ਕੈਨੇਡੀਅਨ ਪਾਰਲੀਮੈਂਟ ਨੇ ਵਿਸਾਖੀ ਨੂੰ ਸੈਲੀਬ੍ਰੇਟ ਕੀਤਾ, ਬਹੁਤ ਵੱਡਾ ਮਾਣ ਮਿਲਿਆ, ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਵੇਂ ਬੜੀ ਖੁਸ਼ੀ ਦੀ ਗੱਲ ਆ, ਇਹ ਕਾਫੀ ਟਾਈਮ ਦਾ ਹਰੇਕ ਸਾਲ ਦਾ ਅਖੰਡ ਪਾਠ ਪ੍ਰੋਗਰਾਮ ਹੋ ਗਿਆ ਵਿਸਾਖੀ ਵਾਸਤੇ, ਬੜੇ ਹੀ ਆਪਣੀ ਕੰਟਰੀ ਦੀ ਦੇਣ ਆ ਜਿਹੜਾ ਆਪਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਰਲੀਮੈਂਟ ਦੇ ਵਿੱਚ ਆ ਸਕਦਾ, ਆਪਣਾ ਅਖੰਡ ਸਾਹਿਬ ਪਾਠ ਹੈਗਾ ਹੋ ਸਕਦਾ, ਆਰਾਮ ਨਾਲ ਖੁਸ਼ੀ ਮਨਾਉਂਦੀ ਆ ਸਾਰੇ, ਨਾ ਜਿਸ ਆਪਣੇ ਸਿੱਖ ਐਮ ਪੀਜ਼ ਪਰ ਸਾਰੇ ਐਮ ਪੀਜ਼ ਕੈਨੇਡਾ 'ਚੋਂ। ਇਹ ਕੈਨੇਡਾ ਦੀ ਦੇਣ ਆ ਬਹੁਤ ਵੱਡੀ, ਦੈਟ ਆਪਣੀ ਫਰੀਡਮ ਆਫ ਰਿਲੀਜਨ ਹੈਗੀ ਹੈ ਇੱਥੇ, ਆਪਣੀ ਡਿਵਰਸਿਟੀ, ਆਪਣੀ ਸਟਰੈਂਥ ਆ, ਜਿੱਥੇ ਜਿੱਥੇ ਤੁਸੀਂ ਆਏ ਹੋਏ ਆ ਕੋਈ ਵੀ ਦੁਨੀਆ ਦੇਸ਼ਾਂ ਤੋਂ, ਕੋਈ ਵੀ ਤੁਹਾਡੀ ਰਿਲੀਜਨ ਹੋਵੇ, ਜਾਂ ਕੈਨੇਡਾ ਦੇ ਵਿੱਚ ਤੁਸੀਂ ਉਹ ਫ੍ਰੀਲੀ ਪ੍ਰੈਕਟਿਸ ਕਰ ਸਕੋ। ਤੁਸੀਂ ਇਹ ਵੀ ਫੀਲਿੰਗ ਕੁਛ ਲੈ ਰਹੇ ਹੋ ਕਿ ਆਉਣ ਵਾਲਾ ਸਮਾਂ ਜਿਹੜਾ ਭਾਰਤ ਅਤੇ ਕੈਨੇਡਾ ਦੇ ਸੱਭਿਆਚਾਰਕ ਅਤੇ ਸਮਾਜਿਕ ਅਤੇ ਆਰਥਿਕ ਆਦਾਨ ਪ੍ਰਦਾਨ ਦਾ ਸਮਾਂ ਹੋਵੇ, ਮਤਲਬ ਕੋਈ ਨਾ ਕੋਈ ਬਿਜ਼ਨਸ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਮੁਲਕਾਂ ਦੇ ਵਿੱਚ ਕੋਈ ਇੱਦਾਂ ਦੀ ਸਾਂਝ ਬਣ ਸਕਦੀ ਹੋਵੇ? ਉਹ ਤਾਂ ਹੁੰਦੀ ਹੁੰਦੀ ਆ ਐਟ ਦੀ ਐਂਡ ਆਫ ਦ ਡੇ। ਆਈ ਮੀਨ ਕੈਨੇਡਾ ਨੇ ਹਮੇਸ਼ਾ ਹੀ ਆਪਣੇ ਵਿਚਾਰ ਰੱਖੇ ਹੋਏ ਆ ਸਾਡੀ ਗਵਰਨਮੈਂਟ ਨੇ ਇਕਾਨਮੀ ਨੂੰ ਵਧਾਉਣਾ,
ਦੇ ਉਹ ਅਸੀਂ ਬਿਜ਼ਨਸ ਕਰਨੀ ਆ ਜਿੱਥੇ ਵੀ ਕੈਨੇਡਾ ਦੇ ਲੋਕਾਂ ਨੂੰ ਫਾਇਦਾ ਲੱਗ ਰਾਈਟ ਸੋ ਉਹ ਤਾਂ ਯੂ ਨੋ ਆਮ ਅ ਮੈਂਬਰ ਆਫ ਦ ਫਾਈਨੈਂਸ ਕਮੇਟੀ ਇਟਸ ਆਲਵੇਜ਼ ਅਬਾਊਟ ਹੈਲਪਿੰਗ ਦ ਮਿਡਲ ਕਲਾਸ ਐਂਡ ਗਰੋਇੰਗ ਦ ਮਿਡਲ ਕਲਾਸ ਅਤੇ ਅਸੀਂ ਜਿਹੜੇ ਪਰਿਵਾਰਾਂ ਨੂੰ ਜਿਹੜੇ ਬੱਚਿਆਂ ਦੇ ਪਰਿਵਾਰਾਂ ਨੂੰ ਕਾਫੀ ਪੈਸੇ ਦਿੱਤੇ ਹੋਏ ਆ ਬਟ ਉਹੀ ਚੀਜ਼ ਆ ਜਿਹੜੇ ਤੁਸੀਂ ਕੈਨੇਡਾ ਦੇ ਵਿੱਚ ਮਿਹਨਤ ਕਰ ਸਕਦੇ ਆ ਤੁਸੀਂ ਕਾਮਯਾਬ ਹੋ ਸਕਦੇ ਹੋ ਅਤੇ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਵਾਸਤੇ ਇਹ ਜਿਹੜਾ ਨਵਾਂ ਦੌਰ ਆ ਰਿਹਾ ਹੁਣ ਜਦੋਂ ਅਸੀਂ ਨਵੇਂ ਸਮੇਂ 'ਚ ਹਾਂ ਸਾਡੇ 18-19 ਐਮ ਪੀ ਆ 2 ਕੈਬਨਿਟ ਮੰਤਰੀ ਹੈ ਅਤੇ ਇਸ ਦੌਰ 'ਚ ਹੋਰ ਕਿੰਨੀਆਂ ਕੁ ਸੰਭਾਵਨਾਵਾਂ ਪੋਸੀਬਿਲਿਟੀਜ਼ ਕੀ ਸੋਚ ਰਹੇ ਤੁਸੀਂ ਇੰਡੀਅਨ ਕਮਿਊਨਿਟੀ ਵਾਸਤੇ ਅਸੀਂ ਉਹ ਤਾਂ ਸਾਰੇ ਕੈਨੇਡੀਅਨਸ ਵਾਸਤੇ ਸੋਚਦੇ ਹਾਂ ਲਾਈਕ ਅਸੀਂ ਕਦੇ ਵਰਕ ਨਹੀਂ ਰੱਖਿਆ ਰਾਈਟ ਐਟ ਦੀ ਐਂਡ ਆਫ ਦ ਡੇ ਉਹ ਕੈਨੇਡਾ ਦੀ ਦੇਣ ਆ ਆਪਣੇ 4 ਮੰਤਰੀ ਆ 17 ਸਿੱਖ ਐਮ ਪੀ ਆ ਬਟ ਮੈਂ ਹਮੇਸ਼ਾ ਕਹਿੰਦਾ ਮੈਂ ਸਾਰਿਆਂ ਦਾ ਐਮ ਪੀ ਹਾਂ ਜਿਹੜਾ ਸਾਂਝਾ ਅਤੇ ਅਸੀਂ ਕੈਨੇਡਾ ਨੂੰ ਗਾਹਾਂ ਕਿਵੇਂ ਲੈ ਕੇ ਜਾਣਾ ਅਤੇ ਉਹਦੇ ਵਿੱਚ ਕੈਨੇਡੀਅਨ ਕਮਿਊਨਿਟੀ ਸਿੱਖ ਕੈਨੇਡੀਅਨ ਕਮਿਊਨਿਟੀ ਵੀ ਗਾਹਾਂ ਜਾਣਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜਾ ਪੰਜਾਬ ਸਾਡੇ ਮੈਂਬਰ ਆਫ ਪਾਰਲੀਮੈਂਟ ਕਮਲ ਖਹਿਰਾ ਸੋ ਮੈਨੂੰ ਬੜਾ ਚੰਗਾ ਲੱਗਾ ਜੀ ਤੁਹਾਨੂੰ ਆਪ ਸੇਵਾ ਸਾਰੀ ਕਰ ਰਹੇ ਹਨ ਕਬੀਰ ਜੀ ਨਹੀਂ ਪਹਿਲਾਂ ਹੀ ਸਾਰੇ ਹੀ ਜਿਹੜੇ ਕਿ ਸਾਂਝਾ ਪੰਜਾਬ ਦੇਖ ਰਹੇ ਨੇ ਉਹਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਿਸਾਖੀਆਂ ਦੀਆਂ ਅਲੱਗ ਅਲੱਗ ਵਧਾਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਹਮ ਆ ਕੇ ਸੰਗਤਾਂ ਪੂਰੇ ਆਲ ਓਵਰ ਕੈਨੇਡਾ ਪਹੁੰਚੀਆਂ ਨੇ ਇਟਸ ਅ ਰੀਲੀ ਗੁੱਡ ਆਨਰ ਇਟਸ ਅ ਆਨਰ ਫੋਰ ਅਸ ਅਤੇ ਅੱਜ ਜਿਵੇਂ ਪਹਿਲੀ ਵਾਰ ਮੈਂ ਅਸੀਂ ਛੋਟੇ ਹੁੰਦੇ ਮੈਂ ਕੀਰਤਨ ਕਰਦੀ ਹੁੰਦੀ ਸੀ ਅਤੇ ਅੱਜ ਕੀਰਤਨ ਕੀਤਾ ਸੀ ਮੈਂ ਤੇ ਸਾਰੀਆਂ ਭੈਣ ਜੀ ਨੇ ਆਇਆ ਸੋਨੀਆ ਸਿੱਧੂ ਨਾਲ ਸੀ ਤੁਹਾਡੇ ਰੂਬੀ ਸੀ ਹਾਂਜੀ ਹਾਂਜੀ ਸਾਰੇ ਅਸੀਂ ਹਾਂਜੀ so it's truly an honor and we are very proud to be Canadian and again Vaisakhi diya sab nu lakh lakh vadhaiyan hon kamal ji thank you so much thank you shubh shubh sari thoda naam thank you so much thank you for being here in Calgary program sanjay bajaj ve san brampton west to member of parliament kamal khera dekho inna ladkiyan ne kidan seva kiti aap langar bartaya naal je ਕਿੰਨੀ ਚੰਗੀ ਗੱਲ ਹੈ ਕਿ ਅਸੀਂ ਇਹੋ ਜਿਹੇ ਮੁਲਕ ਦੇ ਵਿੱਚ ਹਾਂ ਕਿ ਸਾਨੂੰ ਇਸ ਮੁਲਕ ਨੇ ਬਹੁਤ ਕੁਝ ਦਿੱਤਾ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਸਾਡੇ ਆਪਣੇ ਮੁਲਕ ਦੇ ਵਿੱਚ ਅਸੀਂ ਬਦਲਾਅ ਲਿਆਈਏ ਚੇਂਜ ਲਿਆਈਏ ਆਹ ਕਰੀਏ ਉਹ ਕਰੀਏ ਪਰ ਇਸ ਮੁਲਕ ਦੇ ਵਿੱਚ ਸਾਨੂੰ ਕਿੰਨੀ ਤਰੱਕੀ ਮਿਲੀ ਕੈਨੇਡਾ ਦਾ 150ਵਾਂ ਜਨਮ ਦਿਨ ਵੀ ਆਪਾਂ ਇਸੇ ਤਰ੍ਹਾਂ 1 ਜੁਲਾਈ ਨੂੰ ਧੂਮਧਾਮ ਦੇ ਨਾਲ ਮਨਾਉਣਾ ਹੈ ਸੋ ਅਸੀਂ ਤੁਹਾਨੂੰ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਖਾਸ ਇਹ ਸਾਜਨਾ ਦਿਵਸ ਦੀਆਂ ਅਤੇ ਲਿਬਰਲ ਪਾਰਟੀ ਵੱਲੋਂ ਪਿਛਲੇ ਸਾਲ ਵੀ ਧੂਮਧਾਮ ਨਾਲ ਵਿਸਾਖੀ ਮਨਾਈ ਗਈ ਸੀ ਇਸ ਸਾਲ ਵੀ ਧੂਮਧਾਮ ਨਾਲ ਮਨਾਈ ਗਈ ਆ ਅਤੇ ਇਸੇ ਤਰ੍ਹਾਂ ਹੀ ਡਿਕਸੀ ਗੁਰਦੁਆਰਾ ਸਾਹਿਬ ਤੋਂ ਅਸੀਂ ਲਾਈਵ 11, 12, 13 ਦਿਨ ਖੰਡਪੁਰ ਸਾਹਿਬ ਲਾਈਵ ਤੁਹਾਡੇ ਪੇਸ਼ ਕਰਾਂਗੇ 13 ਤਰੀਕ ਨੂੰ ਸਾਰਾ ਦਿਨ ਕੀਰਤਨ ਸਾਂਝਾ ਪੰਜਾਬ 'ਤੇ ਲਾਈਵ ਚੱਲੇਗਾ ਵੈਸੇ ਤੁਸੀਂ ਹਰ ਰੋਜ਼ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਸਾਂਝਾ ਪੰਜਾਬ ਨੂੰ ਲਾਈਵ ਦੇਖਦੇ ਹੋ